ਤੁਹਾਡਾ ਸਾਹਿਬ ਜਿਹੜਾ ਇਸ ਟਾਈਮ ਪੰਜਾਬ ਵਿੱਚ ਰਾਜਨੀਤੀ ਦੇ ਹਾਲਾਤ ਨੇ ਉਹਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ? ਦੇਖੋ ਸਮੇਂ-ਸਮੇਂ ਤੇ ਰਾਜਨੀਤਿਕ ਹਾਲਾਤ ਨੇ ਜਿਹੜੇ ਉਹ ਬਦਲਦੇ ਰਹਿੰਦੇ ਨੇ। ਅੱਜ ਤੋਂ ਜਿਹੜੇ 20 ਦਿਨ ਪਹਿਲਾਂ ਰਾਜਨੀਤਿਕ ਮਾਹੌਲ ਕੁਝ ਹੋਰ ਸੀਗਾ, ਪਰ ਜਿਹੜਾ ਹੁਣ ਮੌਜੂਦਾ ਹਾਲਾਤ ਨੇਗੇ ਉਹ ਕਾਂਗਰਸ ਪਾਰਟੀ ਦੇ ਜਿਹੜੇ ਉਹ ਪੱਖ 'ਚ ਨੇਗੇ। ਔਰ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਨੇ ਜਿਹੜੇ ਹੈਗੇ ਸਹੁੰ ਚੁੱਕਣ ਤੋਂ ਬਾਅਦ ਜੋ ਲੋਕਾਂ ਦੇ ਵਿੱਚ ਜਾ ਕੇ ਆਪਣੀ ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਜਿਹੜੀ ਉਹ ਦਿਖਾਈ ਆ ਉਹ ਲੋਕਾਂ ਨੇ ਕਬੂਲੀ ਆ, ਲੋਕ ਉਹਨਾਂ ਨੂੰ ਪਿਆਰ ਦੇ ਰਹੇ ਨੇ, ਸਤਿਕਾਰ ਦੇ ਰਹੇ ਨੇ। ਸੋ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਜੀ ਵੱਲੋਂ ਵੀ ਜੋ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ, ਉਸ ਨੂੰ ਵੀ ਪਾਰਟੀ ਦੇ ਵਰਕਰਾਂ ਦੇ ਵਿੱਚ ਜਿਹੜੀ ਉਹ ਜਾਨ ਪਾਈ ਹੈ, ਜਿਹੜੇ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਨਾਰਾਜ਼ ਸੀ, ਹਤਾਸ਼ ਸੀ ਕਿ ਵੀ ਪਾਰਟੀ ਵਰਕਰਾਂ ਦੀ ਸੁਣਵਾਈ ਨਹੀਂ ਹੋ ਰਹੀ, ਐਮਐਲਏ ਦੀ ਸੁਣਵਾਈ ਨਹੀਂ ਹੋ ਰਹੀ, ਮੰਤਰੀਆਂ ਦੀ ਸੁਣਵਾਈ ਨਹੀਂ ਹੋ ਰਹੀ। ਸੋ ਉਹਦੇ ਵਿੱਚੋਂ ਜਿਹੜੀ ਉਹ ਕਸ਼ਮਕਸ਼ ਸੀ ਉਹਦੇ ਵਿੱਚੋਂ ਨਿਕਲ ਕੇ ਜਿਹੜੇ ਹੁਣ ਨਵੇਂ ਹਾਲਾਤ ਬਣੇ ਹੈਗੇ ਆ ਕਾਂਗਰਸ ਦੇ ਵਿੱਚ, ਉਹ ਲੋਕਾਂ ਦੇ ਲਈ ਵੀ ਕਾਰਗਰ ਨੇਗੇ ਔਰ ਜਿਹੜੇ ਹੈਗੇ ਵਰਕਰਾਂ ਦੇ ਵਿੱਚ ਵੀ ਇੱਕ ਨਵਾਂ ਜੋਸ਼ ਅਤੇ ਨਵੀਂ ਉਮੀਦ ਜਿਹੜੀ ਜਾਗੀ ਆ। ਔਰ 2022 ਦੇ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਬਣਨ ਦੇ ਜਿਹੜੇ ਉਹ 100% ਜਿਹੜੇ ਉਹ ਜਿਹੜੇ ਬਣ ਚੁੱਕਿਆ ਹੈਗੇ ਹਾਲਾਤ ਬਣ ਚੁੱਕੇ ਹੈਗੇ ਔਰ ਬਣਨੀ ਹੈਗੀ ਆ। ਲੋਕ ਆਪ ਮੁਹਾਰੇ ਇਹ ਕਹਿਣ ਲੱਗੇ ਨੇ ਕਿ ਵੀ ਅਗਲੀ ਸਰਕਾਰ ਆ ਜਿਹੜੀ ਉਹ ਕਾਂਗਰਸ ਦੀ ਹੋਊਗੀ ਔਰ ਅਸੀਂ ਆਹ ਥੋੜ੍ਹੇ ਸਮੇਂ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਆਸਾਂ ਉਮੀਦਾਂ ਨੇਗੀਆਂ ਉਹਨਾਂ ਨੂੰ ਪੂਰਾ ਕਰਨਾ। ਜ਼ਿੰਮੇਵਾਰੀ ਬਹੁਤ ਵੱਡੀ ਹੈਗੀ ਆ, ਬਹੁਤ ਵੱਡੇ ਵੱਡੇ ਮਸਲੇ ਹੈਗੇ ਆ ਜਿਹੜੇ ਪੈਂਡਿੰਗ ਹੈਗੇ ਆ ਔਰ ਉਹਨਾਂ ਨੂੰ ਪੂਰੇ ਕਰਨਾ, ਤਾਂ ਹੀ ਅਸੀਂ 2022 ਦੀ ਜਿਹੜੀ ਇਹ ਫਤਿਹ ਹੈ ਜਿਹੜਾ ਉਹ ਕਰ ਸਕਾਂਗੇ। ਸੋ ਸਾਨੂੰ ਪੂਰੀ ਉਮੀਦ ਆ ਨਵੀਂ ਲੀਡਰਸ਼ਿਪ 'ਤੇ ਔਰ ਕੱਲ੍ਹ ਨੂੰ ਜਿਹੜੀ ਹੈਗੀ ਕੈਬਨਿਟ ਨੇ ਜਿਹੜਾ ਹੈਗਾ ਨਵੀਂ ਕੈਬਨਿਟ ਨੇ ਜਿਹੜਾ ਉਹ ਸਹੁੰ ਚੁੱਕਣੀ ਹੈਗੀ ਆ। ਉਸ ਤੋਂ ਬਾਅਦ 3 ਮਹੀਨੇ ਹੈਗੇ ਔਰ 3 ਮਹੀਨੇ ਦਿਨ ਰਾਤ ਇੱਕ ਕਰਕੇ ਲੋਕਾਂ ਦੇ ਸਾਰੇ ਮਸਲੇ ਨੇ ਜਿਹੜੇ ਉਹ ਹੱਲ ਕੀਤੇ ਜਾਣਗੇ। ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਤਰੀਕੇ ਨਾਲ ਦੇ? ਦੇਖੋ ਸ਼੍ਰੋਮਣੀ ਅਕਾਲੀ ਦਲ ਜਦੋਂ ਉਹਨਾਂ ਦੇ ਬੇਅਦਬੀ ਦਾ ਇੱਕ ਐਸਾ ਜਿਹੜਾ ਉਹ ਦਾਗ ਲੱਗਿਆ ਹੋਇਆ ਜਿਹੜਾ ਉਹ ਆਹ 2-4 ਸਾਲ ਕੀ ਉਹ ਰਹਿੰਦੀ ਦੁਨੀਆ ਤੱਕ ਨਹੀਂ ਧੋਇਆ ਜਾਣਾ, ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਇਹ ਕਾਲੇ ਅੱਖਰਾਂ ਦੇ ਵਿੱਚ ਜਿਹੜਾ ਉਹ ਲਿਖਿਆ ਗਿਆ ਕਿ ਵੀ ਅਕਾਲੀ ਗੌਰਮੈਂਟ ਦੇ ਦੌਰਾਨ, ਅਕਾਲੀ ਸਰਕਾਰ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਔਰ ਬੇਅਦਬੀ ਦੇ ਜਿਹੜੇ ਇਸ ਦੇ ਵਿੱਚ ਜਿਹੜਾ ਇਨਸਾਫ ਮੰਗਣ ਵਾਲੀ ਸ਼ਾਂਤੀਪੂਰਵ ਸਿਮਰਨ ਕਰਨ ਵਾਲੀ ਸੰਗਤ ਦੇ ਉੱਪਰ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰਨਾ, ਇਹ ਉਹਨਾਂ ਨੂੰ ਮਾਫ਼ ਨਹੀਂ ਕਰੂਗੇ। ਪੰਜਾਬ ਦੇ ਲੋਕ, ਦੇਸ਼ ਵਿਦੇਸ਼ਾਂ ਦੇ ਵਿੱਚ ਵੱਸਦੇ ਪੰਜਾਬੀ ਕਦੇ ਵੀ ਉਹਨਾਂ ਨੂੰ ਮਾਫ਼ ਨਹੀਂ ਕਰਨਗੇ। ਉਹ ਜਿੰਨੇ ਮਰਜ਼ੀ ਉਹ ਲੋਕਾਂ ਨੂੰ ਭਰਮ ਭੁਲੇਖੇ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਨ, ਲੋਕਾਂ ਦੇ ਦਿਲਾਂ ਦੇ ਵਿੱਚ ਦਰਦ ਅਚੀਸ ਆ। ਜਿੰਨੀ ਦੇਰ ਤੱਕ ਉਹਨਾਂ ਨੂੰ ਮਤਲਬ ਸਲਾਖਾਂ ਦੇ ਪਿੱਛੇ ਨਹੀਂ ਕਰਨਾ, ਲੋਕਾਂ ਦੇ ਮਨਾਂ ਦੀ ਇਹ ਅੱਗ ਜਿਹੜੀ ਸ਼ਾਂਤ ਨਹੀਂ ਹੋਣੀ ਹੈਗੀ। ਸੋ ਇਹ ਭੁਲੇਖੇ ਦੇ ਵਿੱਚ ਅਕਾਲੀ ਖਤਮ ਹੋ ਚੁੱਕੇ ਹੈਗੇ ਆ ਕਿ ਅਤੇ ਕਾਂਗਰਸ ਨੇ ਜਿਹੜੀ ਹੈਗੀ ਦੁਬਾਰਾ 2022 ਦੇ ਵਿੱਚ ਸਰਕਾਰ ਬਣਾਉਣੀ ਆ। ਆਉਣ ਵਾਲੇ 2022 ਦੇ ਇਲੈਕਸ਼ਨ ਨੂੰ ਲੈ ਕੇ ਤੁਸੀਂ ਦੇਸ਼ ਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਸਪੈਸ਼ਲ ਆਪਣੇ ਪੰਜਾਬ ਲਈ? ਪੰਜਾਬ ਦੇ ਲਈ ਦੇਖੋ ਇੱਕ ਨਵੀਂ ਜਿਹੜੀ ਉਮੀਦ ਜਾਗੀ ਆ, ਇੱਕ ਆਮ ਘਰ ਦਾ ਜਿਹੜਾ ਹੈਗਾ, ਇੱਕ ਗਰੀਬ ਘਰ 'ਚੋਂ ਉੱਠ ਕੇ ਚਰਨਜੀਤ ਚੰਨੀ ਜੀ ਜਿਹੜੇ ਗਰਾਊਂਡ ਲੈਵਲ ਤੋਂ ਗਰੀਬੀ ਦੇ ਹਾਲਾਤਾਂ 'ਚੋਂ ਉੱਠ ਕੇ ਜਿਹੜੇ ਅੱਜ ਉਹ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠੇ ਨੇ ਔਰ ਉਹ ਆਮ ਲੋਕਾਂ ਦੇ, ਗਰੀਬਾਂ ਦੇ ਦੁੱਖ ਦਰਦ ਸਮਝਦੇ ਹੈਗੇ ਆ। ਸੋ ਮੇਰੀ ਲੋਕਾਂ ਨੂੰ ਵੀ ਅਪੀਲ ਆ ਕਿ ਵੀ ਆਪਾਂ ਉਹਨਾਂ ਨੂੰ ਇੱਕ ਮੌਕਾ ਦੇਈਏ 2022 ਦੇ ਵਿੱਚ ਦੁਬਾਰਾ ਕਾਂਗਰਸ ਨੂੰ ਜਿਤਾ ਕੇ ਜਿਹੜਾ ਹੈਗਾ, ਔਰ ਆਪਾਂ ਇੱਕ ਨਵੀਂ ਜਿਹੜੀ ਸੋਚ, ਨਵੀਂ ਜਿਹੜੀ ਦਿਸ਼ਾ ਨੂੰ ਆਪਾਂ ਅਪਣਾਈਏ ਤਾਂ ਕਿ ਜਿਹੜਾ ਇੱਕ ਪੰਜਾਬ ਨੂੰ ਉਹ ਪੰਜਾਬ ਦਾ ਭਵਿੱਖ ਆ ਜਿਹੜਾ ਉਹ ਸੁਨਹਿਰੀ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਈਏ, ਕਿਉਂਕਿ ਇਹ ਤਾਕਤ ਲੋਕਾਂ ਕੋਲ ਆ, ਇਹ ਲੋਕਾਂ ਦੇ ਹੱਥ ਦੇ ਵਿੱਚ ਹੈਗੀ ਆ। ਸੋ ਆਪਾਂ ਜਿਹੜੇ ਆਹ 3 ਮਹੀਨੇ ਸਰਕਾਰ ਕੋਲ ਵੀ ਟਾਈਮ ਹੈਗਾ, ਮੁੱਖ ਮੰਤਰੀ ਚੰਨੀ ਜੀ ਕੋਲ ਵੀ ਹੈਗਾ ਕਿ ਵੀ ਉਹ ਲੋਕਾਂ ਨੂੰ ਕੁਛ ਨਾ ਕੁਛ ਕਰਕੇ ਦਿਖਾਉਣ ਤਾਂ ਕਿ ਲੋਕਾਂ ਦਾ ਭਰੋਸਾ ਅਤੇ ਉਹਨਾਂ ਦੇ ਦਿਲ ਜਿੱਤੇ ਜਾ ਸਕਣ। ਸਰ ਇੱਕ ਸਵਾਲ ਹੈ, ਜਿਹਦੇ ਚਰਨਜੀਤ ਚੰਨੀ ਜੀ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਸੀ, ਉਸ ਟਾਈਮ ਨਾਲ ਦਲਿਤ ਵਾਰਡ ਜੋੜਿਆ ਗਿਆ ਸੀ ਕਿ ਦਲਿਤ ਚਿਹਰਾ ਜਿਹੜਾ ਸਾਹਮਣੇ ਆਇਆ, ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪਹਿਲਾਂ ਹੀ ਬਸਪਾ ਨਾਲ ਹੈ ਜਿਹੜਾ ਆਪਣਾ ਗਠਬੰਧਨ ਕਰ ਲਿਆ, ਉਹ ਵੀ ਕਹਿ ਰਹੇ ਨੇ ਕਿ ਦਲਿਤ ਦਾ ਸਾਨੂੰ ਜਿਹੜਾ ਹੈਗਾ ਕਿ ਹੁੰਗਾਰਾ ਮਿਲਣਾ ਹੈ, ਔਰ ਕਾਂਗਰਸ ਇਸ ਪੱਤੇ ਨੂੰ ਕਿਵੇਂ ਦੇਖ ਰਹੀ ਹੈ? ਦੇਖੋ ਜਿਹੜੀਆਂ ਦੂਜੀਆਂ ਪਾਰਟੀਆਂ, ਵਿਰੋਧੀ ਪਾਰਟੀਆਂ ਹੈਗੀਆਂ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ BJP ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਉਹ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਮਤਲਬ ਜਿਹੜੀ ਜਾਤ ਦੀ ਰਾਜਨੀਤੀ ਉੱਤੇ ਜਿਹੜਾ ਜੋ ਮਤਲਬ ਹੱਲਾ ਪਾ ਰਹੇ ਹੈਗੇ, ਮਚਾ ਰਹੇ, ਸ਼ੋਰ ਮਚਾ ਰਹੇ ਨੇ ਕਿ ਜੇ ਜਾਤ ਦੇ ਉੱਤੇ ਆਧਾਰਿਤ ਰਾਜਨੀਤੀ, ਇਹ ਸ਼ੁਰੂਆਤ ਤਾਂ ਉਹਨਾਂ ਨੇ ਕੀਤੀ ਹੈਗੀ ਆ। ਸੋ ਅੱਜ ਜਦੋਂ ਕਾਂਗਰਸ ਨੇ ਜਿਹੜਾ ਹੈਗਾ ਮਤਲਬ ਚਰਨਜੀਤ ਚੰਨੀ ਜੀ ਨੂੰ ਐਸੀ ਵਰਗ ਦੇ ਵਿੱਚੋਂ ਮੁੱਖ ਮੰਤਰੀ ਬਣਾਤਾ, ਤਾਂ ਉਹਨਾਂ ਦੇ ਸਾਰੇ ਜਿਹੜੀਆਂ ਉਹ ਲੋਕਾਂ ਦੇ ਵਿੱਚ ਭਰਮ ਭੁਲੇਖੇ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਉਹਨਾਂ 'ਤੇ ਪਾਣੀ ਫੇਰਤਾ। ਸੋ ਅੱਜ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਹੈਗਾ ਕਿ ਵੀ ਅਸੀਂ ਹੁਣ ਕਰੀਏ ਕੀ, ਕਿਉਂਕਿ ਕਾਂਗਰਸ ਨੇ
ਐਸਾ ਛੱਕਾ ਲਾਇਆ ਅਤੇ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਦੇ ਸਾਰੇ ਛੱਕੇ ਛੁਡਾ ਤੇ ਹੈਗੇ ਵਿਰੋਧੀਆਂ ਦੇ। ਸੋ ਉਹਨਾਂ ਲਵੇ ਕੋਈ ਹੁਣ ਮੁੱਦਾ ਨਹੀਂ ਹੈਗਾ, ਸਿਰਫ ਉਹ ਇੱਕ ਹੁਣ ਝੂਠੀਆਂ ਲੋਕਾਂ ਨੂੰ ਭੁਲੇਖੇ ਪਾਉਣ ਵਾਲੀਆਂ ਬਿਆਨਬਾਜ਼ੀਆਂ ਕਰ ਰਹੇ ਹੈਗੇ ਨੇ। ਸੋ ਦੂਜੇ ਵੀ ਜਿਹੜੇ ਹੋਰ ਮਸਲੇ, ਚਾਹੇ ਬਿਜਲੀ ਨੂੰ ਲੈ ਕੇ ਹੋਵੇ ਜਾਂ ਕੋਈ ਹੋਰ ਸਹੂਲਤਾਂ, ਬੇਅਦਬੀ ਨੂੰ ਲੈ ਕੇ, ਨਸ਼ੇ ਦਾ, ਉਹ ਸਾਰੇ ਮਸਲੇ ਹੱਲ ਕੀਤੇ ਜਾਣਗੇ। ਵਿਰੋਧੀਆਂ ਲਵੇ ਕੋਈ ਮੁੱਦਾ ਜਿਹੜਾ ਹੈਗਾ, ਵਿਰੋਧੀਆਂ ਨੂੰ ਮੁੱਦਾਹੀਨ ਕਰ ਦੇਣਾ ਹੈਗਾ 3 ਮਹੀਨਿਆਂ ਦੇ ਵਿੱਚ।